چمدان. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਯਾਨੀ ਕਿ ਸਵਰਨ ਸਿੰਘ ਦਾ ਨਿਆਲੀਆ ਕੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਜੀ। ਪ੍ਰੋਗਰਾਮ ਦਾ ਆਗਾਜ਼ ਕਰਦੇ ਸਭ ਤੋਂ ਪਹਿਲਾਂ ਅਹਿਮ ਖਬਰ ਜਿਹੜੀ ਤੁਹਾਨੂੰ ਦੱਸਦੀ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮਾਫ਼ੀ ਮੰਗ ਲਈ ਸੀ ਅਤੇ ਇਸ ਨੂੰ ਲੈ ਕੇ ਪੰਜਾਬ ਦੇ ਯੂਨਿਟ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਵਾਈਸ ਪ੍ਰਧਾਨ ਅਮਨ ਅਰੋੜਾ ਵੱਲੋਂ ਜਿਹੜਾ ਜੀ ਅਸਤੀਫਾ ਦੇ ਦਿੱਤਾ ਗਿਆ। ਇਸ ਦੇ ਉੱਤੇ ਚਰਚਾ ਕਰਾਂਗੇ ਪਰ ਥੋੜ੍ਹੀ ਦੇਰ ਬਾਅਦ। ਨਾਲ ਦੀ ਨਾਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅੱਜ ਮੀਟਿੰਗ ਹੋਈ ਆ, ਅਗਲਾ ਕੀ ਰਾਹ ਅਪਣਾ ਰਹੇ ਨੇ ਇਸ ਦੀ ਹਜੇ ਜਾਣਕਾਰੀ ਦੇ ਲਈ ਸਾਡੇ ਨਾਲ ਜੁੜਨਗੇ ਵਿਕਰਮਜੀਤ ਸਿੰਘ ਨੀਲ ਪਲਿੰਦਰ ਸਿੰਘ ਹੋਰੀ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਆਪਾਂ ਕਾਫ਼ੀ ਡਰੱਗਸ ਦਾ ਮਾਮਲਾ ਚੱਲਿਆ ਹੋਇਆ ਬਹੁਤ, ਜੇ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਦੇ ਉੱਪਰ ਬੜੇ ਦੋਸ਼ ਲਾਏ, ਰਾਹੁਲ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਸਾਡੇ ਕੋਲ ਇੱਕ ਪਹੁੰਚਿਆ ਆਪਣਾ ਸਰਵੇ ਪਹੁੰਚਿਆ ਕਿ ਪੰਜਾਬ ਦੇ 70% ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਚਪੇਟ 'ਚ ਨੇ। ਵੋਟਾਂ ਤੋਂ ਪਹਿਲਾਂ ਹਰ ਪੰਜਾਬੀ ਨਸ਼ੇੜੀ ਸੀ, ਵੋਟਾਂ ਤੋਂ ਪਹਿਲਾਂ ਮਜੀਠੀਆ ਵੀ ਜਿਹੜਾ ਸੀਗਾ ਡਰੱਗ ਦਾ ਸਮਗਲਰ ਸੀ। ਭਾਵੇਂ ਕੇਜਰੀਵਾਲ ਨੇ ਜਿਹੜੀ ਮਾਫ਼ੀ ਮੰਗੀ ਹੈ ਉਹਦੇ ਉੱਤੇ ਆਪਾਂ ਬਾਅਦ 'ਚ ਗੱਲ ਕਰਾਂਗੇ। ਕੇਜਰੀਵਾਲ ਨੇ ਮਾਫ਼ੀ ਮੰਗ ਲਈ ਹੈ ਕਿ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਨਸ਼ਿਆਂ ਦਾ ਕਾਰੋਬਾਰੀ ਹੈ, ਉਹਨਾਂ ਨੇ ਮਾਣਹਾਨੀ ਦਾ ਦਾਅਵਾ ਕੀਤਾ। ਪਰ ਕੇਜਰੀਵਾਲ ਦੀ ਮਾਫ਼ੀ ਤੋਂ ਬਾਅਦ ਅੱਜ ਸਿੱਧੂ ਦੰਪਤੀ ਸਿੱਧੂ ਜੋੜੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਮਜੀਠੀਆ ਵਿਰੁੱਧ ਡਰੱਗਸ ਦੀ ਪੜਤਾਲ ਲਈ ਵੀ ਉਹਨਾਂ ਨੇ ਬਹੁਤ ਕੁਛ ਕਿਹਾ, ਜਿਹਦੇ ਬਾਰੇ ਨੀਲ ਜੀ ਦੱਸਣਗੇ। ਪਰ ਐਸਟੀਐਫ ਕਹਿੰਦੀ ਹੈ ਕਿ ਸਾਡੇ ਕੋਲ ਤਸੱਲੀ ਬਖਸ਼ ਸਬੂਤ ਹੈਗੇ ਨੇ, ਸਰਕਾਰੀ ਜਾਂਚ ਏਜੰਸੀ। ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਹੈ, ਗੱਲ ਰਾਹੁਲ ਗਾਂਧੀ ਤੋਂ ਸ਼ੁਰੂ ਹੁੰਦੀ ਹੈ। ਜੇ ਆਪਾਂ ਪਿਛਾਂਹ ਵੱਲ ਜਾਈਏ, ਰਿਕਾਰਡ ਦੀ ਘੋਖ ਪੜਤਾਲ ਕਰੀਏ ਜੀ, ਤਾਂ ਉਹ ਘੋਖ ਪੜਤਾਲ ਇਹ ਦੱਸਦੀ ਹੈ ਕਿ ਜੋ ਕੁਛ ਰਾਹੁਲ ਗਾਂਧੀ ਨੇ ਕਿਹਾ ਸੀ ਉਹਨੇ ਉਸ ਬਿਆਨ ਦੇ ਆਧਾਰ 'ਤੇ ਕਿਹਾ ਸੀ, ਉਸ ਹਲਫੀਆ ਬਿਆਨ ਦੇ ਆਧਾਰ 'ਤੇ ਕਿਹਾ ਸੀ ਜੋ ਬਾਦਲ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਸੀ। ਉਸ ਵੇਲੇ ਬਾਦਲ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਸੇ ਪਟੀਸ਼ਨ ਦੇ ਸੰਬੰਧ ਵਿੱਚ ਸਰਕਾਰ ਤੋਂ ਜਦੋਂ ਜਵਾਬ ਮੰਗਿਆ ਗਿਆ ਸੀ ਤਾਂ ਸਰਕਾਰ ਨੇ ਇਹ ਗੱਲ ਕਹੀ ਸੀ ਕਿ 70% ਨੌਜਵਾਨ ਹੈ ਜਿਹੜੇ ਨਸ਼ਿਆਂ ਦੀ ਲਪੇਟ 'ਚ, ਔਰ ਉਹ ਤੱਥ ਜਿਹੜੇ ਰਾਹੁਲ ਗਾਂਧੀ ਕੋਲ ਆ ਗਏ। ਰਾਹੁਲ ਗਾਂਧੀ ਚੰਡੀਗੜ੍ਹ ਆਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ, ਆਪਣੇ ਭਾਸ਼ਣ ਦੇ ਦੌਰਾਨ ਉਹਨੇ ਇਹ ਗੱਲ ਕਹਿਤੀ। ਬਾਅਦ ਦੇ ਵਿੱਚ ਜਦੋਂ ਬਾਦਲ ਅਕਾਲੀ ਦਲ ਦੇ ਲੀਡਰ ਜਿਹੜੇ ਹੈ ਉਹ ਰਾਹੁਲ ਗਾਂਧੀ ਨੂੰ ਚਾਰੇ ਪੰਜੇ ਚੱਕ ਕੇ ਪੈ ਗਏ ਤਾਂ ਫਿਰ ਕਾਂਗਰਸ ਪਾਰਟੀ ਨੇ ਕਿਹਾ ਕਿ ਸਾਡਾ ਨਹੀਂ ਇਹ ਤੁਹਾਡਾ। ਕੇਜਰੀਵਾਲ ਨੇ ਬੇਸ਼ੱਕ ਆਪਦੀ ਜਾਨ ਛੁਡਾਉਣ ਵਾਸਤੇ ਐਫੀਡੈਵਿਟ ਜਾਂ ਮਾਫ਼ੀਨਾਮਾ ਜੀ ਉਹ ਦੇਤਾ, ਪਰ ਇਹ ਤਾਂ ਮਤਲਬ ਇਹ ਨਹੀਂ ਕਿ ਜੇ ਕੇਜਰੀਵਾਲ ਨੇ ਇਹ ਕਹਿਤਾ ਕਿ ਮਜੀਠੀਏ 'ਤੇ ਜਿਹੜੇ ਮੈਂ ਲਾਏ ਇਲਜ਼ਾਮ ਆ ਉਹਦੀ ਮੈਂ ਮੁਆਫ਼ੀ ਮੰਗਦਾ ਕਿ ਪੰਜਾਬ ਦੇ ਵਿੱਚ ਨਸ਼ੇ ਹੈ ਨਹੀਂ ਗੇ। ਪੰਜਾਬ ਦੇ ਵਿੱਚ 3-4 ਪਿੰਡ ਹੈ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਉੱਥੇ ਪੁਲਿਸ ਵੀ ਨਹੀਂ ਜਾ ਸਕਦੀ। ਇੱਕ ਤਾਂ ਆਪਣੇ ਨੇੜੇ ਹੀ ਹੈ ਮੋਗੇ ਦੇ ਵਿੱਚ ਦੌਲੇ ਵਾਲਾ, ਦੌਲੇ ਵਾਲੇ 'ਚ ਜਿੰਨੇ ਵਾਰੀ ਪੁਲਿਸ ਨੇ ਰੇਡ ਕੀਤੀ ਹੈ ਕਈ ਕਈ
ਥਾਣਿਆਂ ਦੀ ਪੁਲਿਸ ਨੇ ਆ ਕੇ ਰੇਡ ਕੀਤੀ ਅਤੇ ਉੱਥੇ ਕਿਸੇ ਨੇ ਪੈਰ ਨਹੀਂ ਲੱਗਣ ਦਿੱਤੇ। ਇੱਕ ਅੰਮ੍ਰਿਤਸਰ ਦੇ ਵਿੱਚ ਮਕਬੂਲਪੁਰਾ ਜੀ ਉਹ ਹੈ, ਅਤੇ ਜੇ ਆਪਾਂ ਵੈਸੇ ਵੀ ਦੇਖ ਲਈਏ ਤੁਸੀਂ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦੇ ਵਿੱਚ ਦੇਖ ਲਓ ਜਿੱਥੇ ਬਿਮਾਰੀਆਂ ਨਾਲ ਮੌਤਾਂ ਹੋ ਰਹੀਆਂ ਉੱਥੇ ਨਸ਼ਿਆਂ ਦੀ ਬਦੌਲਤ ਵੀ ਮੌਤਾਂ ਹੁੰਦੀਆਂ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਬਹੁਤ ਸਾਰੇ ਲੋਕਾਂ ਨੂੰ ਸਮੇਤ ਆਮ ਆਦਮੀ ਪਾਰਟੀ ਦੇ ਜੀ ਇਹ ਇਤਰਾਜ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਸਾਡੇ ਕੋਲ ਸਬੂਤ ਸਾਡੇ ਕੋਲ ਠੋਸ ਐਵੀਡੈਂਸ ਹੈਗੀ ਹੈ ਕਿ ਅਕਾਲੀ ਦਲ ਦੇ ਕਈ ਲੀਡਰ ਜਿਹੜੇ ਹੈ ਉਹ ਨਸ਼ਿਆਂ ਦਾ ਕੰਮ ਕਰਦੇ ਹੈ ਅਤੇ ਸਰਕਾਰ ਬਣਨ 'ਤੇ ਅਸੀਂ ਉਹਨੂੰ ਕਾਬੂ ਕਰਾਂਗੇ ਜੀ। ਕਹਿੰਦੇ ਵੀ ਉਹ ਆਪਸ ਵਿੱਚ ਰਲ ਗਏ, ਰਲੇ ਹੋਣ ਕਰਕੇ ਕੈਪਟਨ ਨੂੰ ਹੱਥ ਨਹੀਂ ਪਾਉਂਦਾ ਜੀ। ਇਹ ਵੀ ਇਲਜ਼ਾਮ ਆ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ 40 MLA ਗਏ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਤੂੰ ਫੜ ਲਾ ਜੀ, ਅਤੇ ਉਹ ਫੜਦਾ ਨਹੀਂ। ਇਹ ਵੀ ਕਹਾਣੀ ਆ ਗਈ, ਖਬਰਾਂ ਬੜੀਆਂ ਟੁੱਟ ਟੁੱਟ ਕੇ ਆਉਂਦੀਆਂ ਜੀ ਕਿ ਪਿੱਛੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ 3 ਮੰਤਰੀਆਂ ਨੇ ਸਿੱਧਾ ਕਹਿਤਾ ਜੀ ਬਾਦਲ ਵਾਲੇ ਬਹੁਤ ਮਜ਼ਬੂਤ ਹੋਈ ਜਾਂਦੇ ਹੈ, ਮਜੀਠੀਏ ਦੇ ਅੱਗੇ ਪਿੱਛੇ ਗੱਡੀਆਂ ਤੁਰੀਆਂ ਫਿਰਦੀਆਂ, ਆਪਾਂ ਉਹਨਾਂ ਨੂੰ ਫੜਦੇ ਨਹੀਂ। ਇਹ ਸਾਰਾ ਕੁਛ ਆਪਦੀ ਥਾਂ ਦੇ ਉੱਤੇ ਠੀਕ ਹੈ, ਵਿਰੋਧੀ ਧਿਰ ਨੇ ਇਲਜ਼ਾਮ ਲਾਉਣੇ ਹੁੰਦੇ ਹੈ ਜੀ, ਪਰ ਜੇ ਆਪਾਂ ਕੇਜਰੀਵਾਲ ਸਾਹਿਬ ਦੀ ਗੱਲ ਕਹੀਏ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਇੱਕ ਥਾਂ ਨਹੀਂ ਕਿਹਾ, ਬਹੁਤ ਥਾਈਂ ਕਿਹਾ ਸੀ ਕਿ ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਚੱਲਦਾ ਅਤੇ ਮਜੀਠਾ ਉਹ ਮਜੀਠੀਆ ਉਹਦਾ ਸਰਗਣਾ ਜੀ। ਜਦੋਂ ਮਜੀਠੀ ਵਾਲੇ ਪਾਸਿਓਂ ਵਿਰੋਧ ਹੋਇਆ ਅਤੇ ਉਹਨੇ ਕਿਹਾ ਕਿ ਮੈਂ ਕੇਸ ਦਾਇਰ ਕਰੂੰਗਾ, ਧਮਕੀ ਦਿੱਤੀ, ਅਤੇ ਉਦੋਂ ਕੇਜਰੀਵਾਲ ਸਾਹਿਬ ਨੇ ਆਪਦੇ ਕਾਡਰ ਨੂੰ ਇੱਕ ਹਦਾਇਤ ਭੇਜਤੀ ਸੀ ਜੀ ਕਿ ਹਰ ਜਿਹੜਾ ਹੈਗਾ ਸਾਡਾ ਵਰਕਰ ਉਹ ਆਪਦੇ ਘਰ ਅੱਗੇ ਇੱਕ ਬੋਰਡ ਲਾਵੇ ਜਿਹਦੇ ਉੱਤੇ ਕਹੇ ਕਿ ਹਾਂ ਮੈਂ ਕਹਿੰਦਾ ਇਹ ਨਸ਼ਿਆਂ ਦਾ ਵਪਾਰੀ ਹੈ, ਨਸ਼ਿਆਂ ਦਾ ਸਰਗਣਾ ਜੀ। ਔਰ ਉਹਦੇ ਉੱਤੇ ਨਾਲ ਕਿਹਾ ਸੀ ਕਿ ਆਪਦਾ ਟੈਲੀਫੋਨ ਨੰਬਰ ਵੀ ਲਿਖੋ, ਲੋਕਾਂ ਨੇ ਮੋਬਾਈਲ ਨੰਬਰ ਵੀ ਲਿਖੇ ਸੀ, ਸਾਰਾ ਕੁਛ ਉਹਦੇ ਨਾਲ ਹੀ। ਕੇਜਰੀਵਾਲ ਸਾਹਿਬ ਨੇ ਇਹ ਗੱਲ ਵੀ ਕਹੀ ਸੀ ਕਿ ਜੇ ਸਾਡੀ ਸਰਕਾਰ ਬਣ ਗਈ 15 ਅਪ੍ਰੈਲ ਤੱਕ ਅਸੀਂ ਫੜ ਕੇ ਮਜੀਠੀਆ ਨੂੰ ਅੰਦਰ ਦੇ ਦਿਆਂਗੇ ਜੀ। ਚਲੋ ਵੱਖਰੀ ਗੱਲ ਆ, ਸਰਕਾਰ ਨਹੀਂ ਬਣੀ, ਉਹ ਤਾਂ ਨੌਬਤ ਹੀ ਨਹੀਂ ਆਈ ਫੜ ਕੇ ਅੰਦਰ ਦੇਣ ਦੀ, ਪਰ ਹੁਣ ਕੇਜਰੀਵਾਲ ਸਾਹਿਬ ਨੇ ਮਾਫ਼ੀ ਮੰਗ ਲਈ। ਇਸ ਮਾਫ਼ੀ ਨੇ ਬੜਾ ਵੱਡਾ ਭਚਾਲ ਲਿਆ ਤਾ ਆਮ ਆਦਮੀ ਪਾਰਟੀ 'ਚ। ਆਪਾਂ ਇਹ ਗੱਲ ਬਾਅਦ 'ਚ ਕਰਨੀ ਹੈ ਵੀ ਇਹਦਾ ਕੀ ਹੈ। ਰਹੀ ਗੱਲ STF ਵਾਲੀ, ਇਹ STF ਵਾਲੀ ਗੱਲ ਆਈ ਕਿਵੇਂ ਜੀ? ਬੰਦ ਲਫਾਫਾ ਨਹੀਂ, ਉਹ ਤਾਂ ਉਹਨਾਂ ਨੇ ਦੱਸ ਹੀ ਦਿੱਤਾ। ਆਈ ਕਿਵੇਂ, ਮਤਲਬ STF ਦੇ ਕੋਲ ਰਿਪੋਰਟ ਆਪਣਾ ਜਿਹੜਾ ਹੈਗਾ ਇਹ ਜ਼ਿੰਮੇਵਾਰੀ ਪਹੁੰਚੀ ਕਿਵੇਂ ਜੀ? ਸਰਕਾਰ ਬਣੀ ਨੂੰ ਹੋਇਆ ਸਾਲ, ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣਦਾ ਉਹਨੇ STF ਬਣਾਤੀ ਜੀ। STF ਦਾ ਮੁਖੀ ਲਾਤਾ ਹਰਪ੍ਰੀਤ ਸਿੰਘ ਸਿੱਧੂ ਜੀ, ਇੱਕ ਜਵੇ ਵਾਲਾ ਅਫਸਰ ਹੈ। ਉਹ ਤੋਂ ਬਾਅਦ ਇੱਕ ਪਟੀਸ਼ਨ ਪੈਂਦੀ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ, ਲੇਅਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਕੁਛ ਇਹੋ ਜਿਹਾ ਨਾ ਹੋਣ ਦਾ। ਉਹਨਾਂ ਨੇ ਪਟੀਸ਼ਨ ਪਾਤੀ ਕਿ ਜੀ ਜਿਹੜਾ ਨਿਰੰਜਨ ਸਿੰਘ ਹੈ ਜੀ ED ਦਾ ਜੁਆਇੰਟ ਡਾਇਰੈਕਟਰ, ਉਹਨੇ ਕੁਛ ਬੰਦਿਆਂ ਨੂੰ ਇੰਟੈਰੋਗੇਟ ਕੀਤਾ ਜੀ, ਉਹਨਾਂ ਦੀ ਪੁੱਛ ਪੜਤਾਲ ਕੀਤੀ ਹੈ। ਉਹ ਬੰਦੇ ਕੌਣ ਹੈ ਜੀ? ਨੰਬਰ 1 ਜਗਦੀਸ਼ ਸਿੰਘ ਭੋਲਾ ਜੀ, ਨੰਬਰ 2 ਕੋਈ ਬਿੱਟੂ ਔਲਖ ਹੈ, ਇੱਕ ਕੋਈ ਹੈਗਾ ਜਗਜੀਤ ਸਿੰਘ ਚਹਿਲ, ਮਨਜਿੰਦਰ ਸਿੰਘ ਔਲਖ ਜੀ, ਜਗਜੀਤ ਸਿੰਘ ਚਾਹਲ। ਇਹਨਾਂ ਬੰਦਿਆਂ ਨੂੰ ਜਿਹੜੀ ਪੁੱਛਗਿੱਛ ਕੀਤੀ ਹੈ ਅਤੇ ਉਸ ਪੁੱਛਗਿੱਛ ਦੇ ਵਿੱਚ ਇਹ ਜ਼ਿਕਰ ਆਇਆ ਜੀ ਕਿ ਹਾਂ ਬਿਕਰਮ ਸਿੰਘ ਮਜੀਠੀਆ ਜਿਹੜਾ ਹੈ ਉਹ ਵੀ ਇਸ ਕਾਰੋਬਾਰ ਨਾਲ ਜੁੜਿਆ ਹੋਇਆ। ਫਿਰ ਉਹਦੇ ਆਧਾਰ ਦੇ ਉੱਤੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਬੁਲਾਇਆ ਗਿਆ ਜੀ। ਬਿਕਰਮ ਸਿੰਘ ਮਜੀਠੀਆ ਪੇਸ਼ ਹੋਇਆ, ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੇ ਬਿਆਨ ਰਿਕਾਰਡ ਕਰਾਏ, ਜੋ ਕੁਐਸਚਨ ਕੀਤੇ ED ਨੇ ਉਹ ਪੁੱਛੇ, ਪਰ ਉਦੋਂ ਬਾਅਦ ਕਹਿੰਦੇ ਮਾਮਲਾ ਠੱਪ ਹੈ।
ਜੀ ਇੱਥੇ ਮੈਂ ਇਹ ਜ਼ਿਕਰ ਕਰਦੇ ਕਿ ਇਸੇ ਅਰਸੇ ਦੇ ਦੌਰਾਨ ਹੀ ਨਰਿੰਦਰ ਸਿੰਘ ਦੀ ਟਰਾਂਸਫਰ ਹੋ ਜਾਂਦੀ ਹੈ ਜੀ ਕਲਕੱਤੇ ਦੀ, ਔਰ ਉਹਦੀ ਟਰਾਂਸਫਰ ਨੂੰ ਲੈ ਕੇ ਵੀ ਇੱਕ ਜਿਹੜੀ ਹੈਗੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ ਜਿਹੜੀ ਵਕੀਲਾਂ ਦੀ ਜੀ, ਉਹ ਚਲੀ ਗਈ ਹਾਈ ਕੋਰਟ 'ਚ, ਹਾਈ ਕੋਰਟ ਨੇ ਉਹ ਕਰਤੀ ਸੀ ਸਟੇ ਜੀ। ਉਹ ਤੋਂ ਬਾਅਦ ਮਾਮਲਾ ਉੱਥੇ ਦਾ ਉੱਥੇ ਪਿਆ, ਉਹਨਾਂ ਨੇ ਕਿਹਾ ਜੀ ਜਿਹੜੀ ਉਹ ਰਿਪੋਰਟ ਹੈ ਉਹਨੂੰ ਵਿਚਾਰੋ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਹਾਈ ਕੋਰਟ ਕੋਈ ਹੁਕਮ ਦੇਵੇ ਜੀ। ਲਓ ਜੀ ਹਾਈ ਕੋਰਟ ਨੇ ਉਹ ਰਿਪੋਰਟ ਮੰਗਵਾ ਲਈ, ਉਹ ਰਿਪੋਰਟ ਮੰਗਵਾਉਣ ਤੋਂ ਬਾਅਦ ਹਾਈ ਕੋਰਟ ਨੇ ਇਹ ਜ਼ਿੰਮੇਵਾਰੀ STF ਨੂੰ ਦਿੱਤੀ ਜੀ, ਸਪੈਸ਼ਲ ਟਾਸਕ ਫੋਰਸ ਨੂੰ, ਕਿ ਤੁਸੀਂ ਜਿਹੜੀ ED ਦੀ ਰਿਪੋਰਟ ਹੈ ਇਹਦਾ ਅਧਿਐਨ ਕਰੋ, ਇਹਦੇ ਅਧਿਐਨ ਕਰਕੇ ਤੁਸੀਂ ਦੇਖੋ ਵੀ ਇਹਦੇ ਵਿੱਚ ਕੁਛ ਨਿਕਲਦਾ ਜੀ, ਜੇ ਇਹਦੇ ਵਿੱਚੋਂ ਨਿਕਲਦਾ ਤਾਂ ਫਿਰ ਆਪਾਂ ਉਹਦੇ 'ਤੇ ਗੱਲ ਅੱਗੇ ਕਰਾਂਗੇ, ਕਿਉਂਕਿ ਮਾਮਲਾ ਪੈਂਡਿੰਗ ਹੈ ਹਾਈ ਕੋਰਟ ਕੋਲ। ਕੱਲ੍ਹ ਇੱਕ ਰਿਪੋਰਟ ਪੇਸ਼ ਹੋ ਗਈ, STF ਨੇ ਆਪਦੀ ਰਿਪੋਰਟ ਦੇ ਦਿੱਤੀ, ਉਸ ਰਿਪੋਰਟ ਦੇ ਵਿੱਚ STF ਕੀ ਕਹਿੰਦੀ ਹੈ ਜੀ, STF ਕਹਿੰਦੀ ਹੈ ਕਿ ਇਹਦੀ ਰਿਪੋਰਟ ਬਚੀ ਗਈ, ਸਾਡੀ ਨਜ਼ਰ ਦੇ ਵਿੱਚ ਇਹਦੇ ਖਿਲਾਫ ਰੈਗੂਲਰ ਇਨਕੁਆਇਰੀ ਕਰਨ ਦੇ ਸਬੂਤ ਮੌਜੂਦ ਹੈ ਜੀ, ਅਤੇ ਰੈਗੂਲਰ ਇਨਕੁਆਇਰੀ ਕਰਨੀ ਬਣਦੀ ਹੈ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੀ। ED ਦੀ ਜਿਹੜੀ ਇਨਕੁਆਇਰੀ ਹੈ, ਜਿਹੜੀ ਮੈਂ ਇੱਥੇ ਥੋੜ੍ਹਾ ਜਿਹਾ ਫਰਕ ਹੈ ED ਦੀ ਅਤੇ ਪੁਲਿਸ ਦੀ ਇਨਕੁਆਇਰੀ ਦਾ ਜੀ, ED ਦਾ ਇਹ ਹੁੰਦਾ ਕਿ ਜਿਹੜਾ ਬੰਦਾ ਇਸ ਕਾਰੋਬਾਰ 'ਚ ਲੱਗਿਆ ਵੈ, ਨਸ਼ਿਆਂ ਦੇ ਕਾਰੋਬਾਰ 'ਚ ਲੱਗਿਆ, ਟੈਕਸ ਚੋਰੀ ਦੇ ਕਾਰੋਬਾਰ 'ਚ ਲੱਗਿਆ ਜੀ, ਜੋ ਕੁਛ ਤਾਂ ਜਿਹੜੀ ਉਹਨੇ ਜਾਇਦਾਦ ਬਣਾਈ ਹੈ ਉਸ ਕਮਾਈ ਨਾਲ, ਉਹ ਜਾਇਦਾਦ ਉਹਦੀ ਅਟੈਚ ਕੀਤੀ ਜਾਵੇ ਜੀ। ਹੁਣ ਜਿਵੇਂ ਆਪਾਂ ਦੇਖਿਆ ਕਿ ਭੋਲੇ ਦੀ ਜਾਇਦਾਦ ਅਟੈਚ ਹੋਈ ਵੀ ਹੈ, ਜਿਹੜੀ ਔਲਖ ਦੀ ਜਾਇਦਾਦ ਵੀ ਅਟੈਚ ਹੋਈ ਵੀ ਹੈ, ਔਰ ਜਿਹੜਾ ਨਾਲ ਹੈਗਾ ਤੁਹਾਡਾ ਚਾਹਲ ਜੀ, ਉਹਦੀ ਵੀ ਜਾਇਦਾਦ ਅਟੈਚ ਹੋਈ ਹੈ, ਲੇਕਿਨ ਬਾਕੀ ਸਾਰੇ ਦਾ ਸਾਰਾ ਮਾਮਲਾ ਉੱਥੇ ਦਾ ਉਵੇਂ ਦਾ ਉਵੇਂ ਪਿਆ। ਉਹ ਜਾਇਦਾਦਾਂ ਅਟੈਚ ਕਰਦੀ ਹੈ, ਉਹਦਾ ਕੰਮ ਇਹ ਹੈ ਜੀ, ਉਹ ਜਾਇਦਾਦਾਂ ਬਣਾਉਣ ਦੇ ਖਿਲਾਫ ਇੱਕ ਚਾਰਜਸ਼ੀਟ ਆਪਦੇ ਲੈਵਲ 'ਤੇ ਪੇਸ਼ ਕਰਦੀ ਹੈ, ਲੇਕਿਨ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਹੈ ਜਿਹੜਾ ਜੀ, ਉਸ ਕਾਰੋਬਾਰ ਦਾ ਜਿਹੜਾ ਹੈਗਾ ਜਿਹਨੂੰ ਆਪਾਂ ਕਹੀਏ ਅਪਰਾਧਿਕ ਮਾਮਲਾ, ਉਹ ਅਪਰਾਧਿਕ ਮਾਮਲਾ ਕਾਬਲੇ ਦਸਤ ਅੰਦਾਜ਼ ਦੀ ਪੁਲਿਸ ਹੁੰਦਾ ਜੀ। ਸੋ STF ਨੂੰ ਰਿਪੋਰਟ ਦਿੱਤੀ, STF ਨੇ ਉਹ ਰਿਪੋਰਟ ਦਾ ਅਧਿਐਨ ਕੀਤਾ, ਕੱਲ੍ਹ ਉਹਨਾਂ ਨੇ ਆਪਦਾ ਉਹਦੇ 'ਤੇ ਸਟੇਟਸ ਰਿਪੋਰਟ ਪੇਸ਼ ਕਰਤੀ ਕਿ ਹਾਂ ਇਹਦੇ ਖਿਲਾਫ਼ ਕਾਰਵਾਈ ਬਣਦੀ ਹੈ। ਹੁਣ ਪੰਜਾਬ ਸਰਕਾਰ ਨੇ ਉਹਦੇ 'ਤੇ ਕੀ ਕਿਹਾ ਜੀ, ਪੰਜਾਬ ਸਰਕਾਰ ਨੇ ਕਿਹਾ ਕਿ ਹਾਂ ਰਿਪੋਰਟ ਸਾਡੇ ਕੋਲ ਹੈਗੀ ਹੈ, ਇਸ ਰਿਪੋਰਟ ਦੇ ਉੱਤੇ ਅਗਲੀ ਕਾਰਵਾਈ ਕੀ ਹੋਵੇ ਜੀ, ਉਹ ਦੋ ਅਫਸਰ ਹੋਰ ਉਹਦੀ ਨਿਗਰਾਨੀ ਕਰ ਰਹੇ। ਸੋ ਇੱਕ ਗੱਲ ਇਹ ਸਪਸ਼ਟ ਹੋ ਗਈ ਕਿ ਜਿਹੜਾ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਮਜੀਠੀਆ ਬਿਲਕੁਲ ਬੇਗੁਨਾਹ, ਇਹਦੇ ਖਿਲਾਫ਼ ਕੋਈ ਕਾਰਵਾਈ ਹੈ ਨਹੀਂ, ਉਹ ਉਹਦੇ ਖਿਲਾਫ਼ ਕੁਛ ਨਾ ਕੁਛ ਸਬੂਤ ਹੈਗੇ, ਤਾਂ STF ਨੇ ਮੰਨ ਲਈ ਜੀ। ਹੁਣ STF ਕਿਹਦੀ ਹੈ? STF ਨਾ ਤਾਂ ਕੇਂਦਰ ਸਰਕਾਰ ਦੀ ਹੈ, ਨਾ ਹਿਮਾਚਲ ਦੀ ਹੈ, ਅਤੇ ਨਾ ਹਰਿਆਣਾ ਦੀ ਹੈ। STF ਤਾਂ ਪੰਜਾਬ ਦੀ ਹੈ ਜੀ, ਅਤੇ STF ਦਾ ਮੁਖੀ ਕੌਣ ਹੈ? ਹਰਪ੍ਰੀਤ ਸਿੰਘ ਸਿੱਧੂ। ਉਹ ਚੋਣ ਕਿਹਦੀ ਹੈ? ਉਹ ਕੈਪਟਨ ਅਮਰਿੰਦਰ ਸਿੰਘ ਦੀ। ਉਹ ਜਵਾਬ ਦੇ ਕਿਹਨੂੰ ਹੈ? ਸਿੱਧਾ ਚੀਫ ਮਿਨਿਸਟਰ ਨੂੰ, DGP ਨੂੰ ਵੀ ਜਵਾਬ ਦੇਣੀ। ਇਹਦਾ ਮਤਲਬ ਇਹ ਹੈ ਕਿ ਜੇ ਜਿਹੜੀ ਸਟੇਟਸ ਰਿਪੋਰਟ ਉਹਨੇ ਕੱਲ੍ਹ ਪੇਸ਼ ਕੀਤੀ ਹੈ ਜੀ, ਇਸ ਸਟੇਟਸ ਰਿਪੋਰਟ ਦੇ ਸਿੱਟਿਆਂ ਬਾਰੇ, ਇਹਦੇ ਬਾਰੇ ਉਹਨੇ ਕੈਪਟਨ ਅਮਰਿੰਦਰ ਸਿੰਘ ਨਾਲ ਜ਼ਰੂਰ ਗੱਲਬਾਤ ਕੀਤੀ ਹੋਣੀ ਹੈ। ਸੋ ਅੰਦਰ ਖਾਤੇ ਕੀ ਹੁੰਦਾ ਕੀ ਨਹੀਂ ਹੁੰਦਾ, ਲੇਕਿਨ ਇੱਕ ਗੱਲ ਹੈ ਕਿ ਯਾਰਾ ਤੌਰ ਦੇ ਉੱਤੇ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਮਜੀਠੀਆ ਬੇਗੁਨਾਹ ਹੈ ਜੀ। ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2002 ਦੇ ਵਿੱਚ ਜਦੋਂ ਉਹਦੀ ਸਰਕਾਰ ਬਣੀ ਹੈ ਜੀ, ਉਦੋਂ ਇੱਕ ਕੇਸ ਰਜਿਸਟਰ ਕੀਤਾ ਸੀ ਬਾਦਲਾਂ ਦੇ ਖਿਲਾਫ਼। ਕੇਸ ਕੀ ਸੀ? ਉਹ ਕਿ ਬਾਦਲਾਂ ਨੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਈ ਹੋਈ ਜੀ, ਕਮਾਈ ਉਹਨੀ ਹੈ ਨਹੀਂ, ਜਾਇਦਾਦ ਉਦੋਂ ਵੱਧ ਬਣ ਗਈ, ਅਤੇ ਉਹ ਕੇਸ ਕਾਹਦੇ ਆਧਾਰ 'ਤੇ ਹੋਇਆ ਸੀ? ਉਹ ਕੇਸ ਸੀ ਇੱਕ ਇੱਥੋਂ ਦਾ
ਬਲਵੰਤ ਸਿੰਘ ਹੈ ਧਲੇਵਾ ਪਿੰਡ ਮਾਨਸਾ ਜ਼ਿਲ੍ਹੇ ਚ। ਉਸ ਬੰਦੇ ਦੀ ਐਪਲੀਕੇਸ਼ਨ ਸੀ, ਉਹ ਐਪਲੀਕੇਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਸਹਿਯੋਗੀ ਨੇ ਉਹਨਾਂ ਤੋਂ ਦਸਖਤ ਕਰਵਾ ਲਏ, ਦਸਖਤ ਕਰਵਾ ਕੇ ਲਿਆ ਕੇ ਵਿਜੀਲੈਂਸ ਵਾਲਿਆਂ ਨੂੰ ਦਿੱਤੀ। ਵਿਜੀਲੈਂਸ ਵਾਲਿਆਂ ਨੇ ਕੇਸ ਰਜਿਸਟਰ ਕਰ ਲਿਆ ਜੀ, ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਪਹਿਲੀ ਚਾਰਜਸ਼ੀਟ ਪੇਸ਼ ਕਰਤੀ ਕਿ ਜੀ ਇਹਨਾਂ ਕੋਲ ਇੰਨੀ ਪ੍ਰਾਪਰਟੀ ਹੈ ਜੀ, ਨਾਲ ਇੱਕ ਗੁੰਜਾਇਸ਼ ਰੱਖਤੀ, ਕਹਿੰਦੇ ਜੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜਾਇਦਾਦ ਪਈ ਹੈ, ਅਸੀਂ ਉਹਦੀ ਪੜਤਾਲ ਕਰਨ ਜਾਣਾ ਹੈ। ਇੱਥੋਂ ਵਿਦੇਸ਼ਾਂ ਨੂੰ ਭੇਜਤੇ ਅਫਸਰ, ਉਹ ਵਿਦੇਸ਼ਾਂ ਦੇ ਵਿੱਚ ਸੈਰ ਸਪਾਟਾ ਕਰਕੇ ਆ ਗਏ, ਲੇਕਿਨ ਜਦੋਂ ਤੱਕ ਉਹ ਕੇਸ ਮਚਿਓਰ ਹੋਣ ਲੱਗਾ ਜੀ, ਉਹਦੇ 'ਤੇ ਚਾਰਜ ਫਰੇਮ ਹੋਣ ਲੱਗੇ, ਚਾਰਜ ਫਰੇਮ ਹੁੰਦਿਆਂ ਨੂੰ 5 ਸਾਲ ਲੱਗ ਗਏ, ਕਿਉਂਕਿ ਵੱਡੇ ਬੰਦੇ ਕੇਸਾਂ ਨੂੰ ਲਟਕਾਉਣ ਦਾ ਉਹਨਾਂ ਨੂੰ ਪਤਾ ਵੀ ਲਟਕਾਉਣਾ ਕਿਵੇਂ ਆ, ਵਕੀਲ ਵੱਡੇ ਵੱਡੇ ਵਕੀਲ ਹੈਗੇ, ਪੈਸਿਆਂ ਦੀ ਕੋਈ ਕਮੀ ਨਹੀਂ ਹੁੰਦੀ, ਕਦੇ ਕੋਈ ਅਰਜ਼ੀ ਦਿੱਤੀ ਤੇ ਕੋਈ ਅਰਜ਼ੀ ਦਿੱਤੀ। ਚਾਰਜ ਫਰੇਮ ਹੋਣ ਤੋਂ ਪਹਿਲਾਂ ਐਨ ਬਾਦਲ ਸਰਕਾਰ ਫੇਰ ਆ ਗਈ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਿਆ। ਆਮ ਤੌਰ 'ਤੇ ਵਿਜੀਲੈਂਸ ਵਿਭਾਗ ਹੈ ਜਿਹੜਾ, ਉਹ ਮੁੱਖ ਮੰਤਰੀ ਦੇ ਮਤਹਿਤ ਹੁੰਦਾ ਹੈ, ਜਿਹੜਾ ਵਿਭਾਗ ਹੈ ਹੀ ਮੁੱਖ ਮੰਤਰੀ ਦੇ ਮਤਹਿਤ ਜੀ, ਉਹ ਆਪਦੇ ਬੌਸ ਦੇ ਖਿਲਾਫ਼ ਕਿਵੇਂ ਰਿਪੋਰਟ ਦੇ ਦੂੰਗਾ? ਬਿਲਕੁਲ ਨਹੀਂ ਦੇ ਸਕਦਾ। ਮੇਰੇ ਦਾਨੇਵਾਲੀਆ ਸਾਹਿਬ ਉਹ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਵੇਲੇ ਸਰਕਾਰੀ ਵਕੀਲ ਨੇ ਜੀ ਇਹ ਕਹਿਤਾ ਸੀ ਕਿ ਜੀ ਅਸੀਂ ਜਿਹੜਾ ਹੈਗਾ ਚਾਰਜ ਫਰੇਮ ਕਰਨ ਦੇ ਹੱਕ ਵਿੱਚ ਨਹੀਂ, ਇਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਜਾਵੇ ਜੀ, ਮੈਂ ਬਹਿਸ ਨਹੀਂ ਕਰਨੀ। ਉਹਨਾਂ ਦਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਭਰਤੀ ਕੀਤਾ ਹੋਇਆ ਸੀ, ਅੰਗੇਜ਼ ਕੀਤਾ ਹੋਇਆ ਸੀ, ਜਿਹਦਾ ਨਾਂ APS ਦਿਓਲ ਹੈ, ਸੀਨੀਅਰ ਐਡਵੋਕੇਟ ਹੈ ਹਾਈਕੋਰਟ ਦੇ। ਉਹ APS ਦਿਓਲ ਵੀ ਮੋਹਾਲੀ ਦੀ ਕੋਰਟ ਵਿੱਚ ਮੌਜੂਦ ਸੀ, ਸਪੈਸ਼ਲ ਕੋਰਟ 'ਚ ਜੀ। APS ਦਿਓਲ ਨੇ ਕਿਹਾ ਜੀ ਮੈਂ ਪਬਲਿਕ ਪ੍ਰੋਸੀਕਿਊਟਰ ਹਾਂ, ਮੈਨੂੰ ਪੰਜਾਬ ਸਰਕਾਰ ਨੇ ਇਸ ਕੇਸ ਲਈ ਨਿਯੁਕਤ ਕੀਤਾ ਵਾ, ਮੈਂ ਇਹਦੇ 'ਤੇ ਆਪਣਾ ਜਿਹੜਾ ਪੱਖ ਰੱਖਣਾ ਚਾਹੁੰਦਾ। ਉਹਨਾਂ ਦਾ ਆਪਸ ਮੇਂ ਬਹਿਸ ਹੋਈ, ਅਦਾਲਤ ਨੇ ਪ੍ਰਵਾਨਗੀ ਦਿੱਤੀ, ਉਹਨੇ ਆਪਦੀ ਗੱਲ ਰੱਖੀ, ਚਲੋ ਚਾਰਜ ਫਰੇਮ ਹੋ ਗਏ, ਬਾਅਦ ਵਿੱਚ ਕੇਸ ਚੱਲਿਆ। ਫਿਰ ਉਹ ਕੇਸ ਡਿੱਗਿਆ ਕਿਵੇਂ? ਉਹਦੇ ਵਿੱਚ ਜਿਹੜਾ ਮੁਦਈ ਸੀ ਜੀ, ਜਿਹਨੇ ਪਹਿਲਾਂ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀ IO, ਉਹ ਕੋਈ ਸੁਰਿੰਦਰਪਾਲ ਸਿੰਘ ਬਿਰਕ SP ਸੀ ਜੀ, ਜੀ ਪਹਿਲੇ ਦਿਨ ਉਹ ਮੁੱਕਰ ਗਿਆ, ਦੂਜੇ ਦਿਨ ਉਹਦੇ ਨਾਲ ਦਾ ਜਿਹੜਾ ਸੀ DIG ਉਹ ਮੁੱਕਰ ਗਿਆ, ADGP ਤੱਕ ਮੁੱਕਰ ਗਏ, ਬਸ ਜਿਵੇਂ ਸਾਈਕਲ ਸਟੈਂਡ 'ਤੇ ਸਾਈਕਲ ਡਿੱਗਦੇ ਆ ਨਾ, ਸਾਰੇ ਡਿੱਗਵੇ, ਅਤੇ ਬਾਦਲ ਕੇ ਬਰੀ ਹੋ ਗਏ। ਜੱਜ ਨੇ ਉਹਨਾਂ ਦੇ ਖਿਲਾਫ਼ ਇਹ ਕਹਿਤਾ ਕਿ ਇਹਨਾਂ ਨੇ ਜੀ ਅਦਾਲਤ ਨਾਲ ਧਰੋਹ ਕਮਾਇਆ, ਇਹਨਾਂ ਦੇ ਖਿਲਾਫ਼ ਕਾਰਵਾਈ ਹੋ ਜੇ। ਉਹ ਕਾਰਵਾਈ ਇਨੀਸ਼ੀਏਟ ਹੋ ਗਈ, ਅਫਸਰ ਹਾਈਕੋਰਟ ਚਲੇ ਗਏ, ਹਾਈਕੋਰਟ ਨੇ ਉੱਥੇ ਉਹਨੂੰ ਕੁਐਸ਼ ਕਰਤਾ ਕਿ ਆਰਡਰ ਗੱਲ ਤਾਂ ਇਹ ਹੋ ਨਹੀਂ ਸਕਦਾ, ਗੱਲ ਉੱਥੇ ਦੀ ਬਾਹਰ ਆ ਗਈ। ਉਦੋਂ ਬਾਅਦ ਇਹ ਹੁਣ ਇਸ ਗੱਲ ਦੇ ਉੱਤੇ ਮੈਨੂੰ ਅੰਦਰੂਨੀ ਤੌਰ 'ਤੇ ਜਿਹੜੀ ਗੱਲ ਦਾ ਪਤਾ ਲੱਗਿਆ ਸੀ ਕਿ ਬਾਵਜੂਦ ਇਸ ਗੱਲ ਦੇ ਕਿ ਕੈਪਟਨ ਅਮਰਿੰਦਰ ਸਿੰਘ 'ਤੇ ਅੰਦਰੋਂ ਦਬਾਅ ਪੈ ਰਿਹਾ, ਉਹਦੇ 'ਤੇ ਬਾਹਰੀ ਦਬਾਅ ਵੀ ਪੈ ਰਿਹਾ, ਅੰਦਰੋਂ ਦਬਾਅ ਵੀ ਪੈ ਰਿਹਾ, ਪਰ ਉਹਨੇ ਇੱਕ ਗੱਲ ਕਹੀ ਹੈ ਕਿ ਬਗੈਰ ਸਬੂਤਾਂ ਤੋਂ ਹੱਥ ਨਹੀਂ ਪਾਉਣਾ, ਜਿਵੇਂ ਪਿਛਲੀ ਵਾਰੀ ਦਲੀਲ ਹੋਏ ਹਾਂ ਬਗੈਰ ਸਬੂਤਾਂ ਤੋਂ ਹੱਥ ਪਾ ਲਿਆ ਉਹ ਨਾ ਹੋਵੇ। ਅਗਲੀ ਗੱਲ ਇਹ ਹੈ ਕਿ ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਬਗੈਰ ਸਬੂਤਾਂ ਤੋਂ ਹੱਥ ਤਾਂ ਲਿਆ ਪਾ, ਚਾਰਜਸ਼ੀਟ ਪੇਸ਼ ਕਰਤੀ ਗਈ, ਹਾਲਾਂਕਿ ਸਿੱਧੇ ਹੀ ਨਹੀਂ ਫੜੇ ਸੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ, ਅਦਾਲਤ 'ਚ ਉਹਨਾਂ ਦੇ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ, ਅਦਾਲਤ ਨੇ ਉਹਨਾਂ ਦੇ ਵਾਰੰਟ ਕੱਢੇ, ਉਹਨਾਂ ਨੂੰ ਪਟਿਆਲਾ ਜੇਲ੍ਹ 'ਚ ਭੇਜ ਦਿੱਤਾ। ਅਤੇ ਫਿਰ ਤੁਸੀਂ ਉਹ ਟਾਈਮ ਯਾਦ ਕਰੋ, ਪਟਿਆਲਾ ਜੇਲ੍ਹ ਦੇ ਗੇਟ ਦੇ ਉੱਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਅਗਵਾਈ ਦੇ ਵਿੱਚ ਧਰਨਾ ਲੱਗ ਗਿਆ ਸੀ ਜੀ, ਔਰ ਬਿਲਕੁਲ ਜਦੋਂ ਜਿਹੜੇ ਜਿਨ੍ਹਾਂ ਲੋਕਾਂ ਨਾਲੋਂ ਜਦੋਂ ਸੰਪਰਕ ਟੁੱਟ ਗਿਆ ਸੀ ਉਹ ਤੋਂ ਉਹਨਾਂ ਨੂੰ ਇਹੋ ਜਿਹੀ ਹਵਾ ਮਿਲੀ ਜੀ, ਇਹੋ ਜਿਹੀ ਐਨਰਜੀ ਮਿਲੀ, ਉਹੋ ਜਿਹੀ ਤਾਕਤ ਮਿਲੀ ਕਿ ਬਾਦਲ ਹੋਰ ਮਜ਼ਬੂਤ ਹੋ ਗਏ। ਐਤਕੀ ਵੀ ਹਾਲਾਤ ਕੁਛ ਇਹੋ ਜਿਹੇ ਬਣੇ ਹੋਏ ਹੈ। ਮੈਨੂੰ ਅੰਦਰੂਨੀ ਤੌਰ 'ਤੇ ਪਤਾ ਲੱਗਿਆ ਅਕਾਲੀ ਦਲ ਦੇ ਸੂਤਰਾਂ ਤੋਂ ਕਿ ਉਹ ਬਹੁਤ ਇਸ ਗੱਲ ਦੇ ਵਿੱਚ ਕਾਹਲੇ ਹੈ ਕਿ ਸਰਕਾਰ ਸਾਡੇ 'ਤੇ ਕੋਈ ਨਾ ਕੋਈ ਪਰਚਾ ਦੇਵੇ, ਅਸੀਂ ਅੰਦਰ ਜਾਈਏ ਅਤੇ ਸਾਡੀ ਜਿਹੜੀ ਹੈ ਡੁਗਡੁਗੀ ਗਾਂਹ ਤੁਰੇ, ਜਿਹੜੀ ਸਟੈਗਨੇਸ਼ਨ ਆਈ ਹੈ, ਜਿਹੜੀ ਖੜੋਤ ਆਈ ਹੈ, ਖੜੋਤ ਟੁੱਟੇ ਜੀ। ਪਰ ਦੂਜੇ ਪਾਸੇ ਇਹ ਹੈ ਕਿ
ਇੱਕ ਪਾਲਿਸੀ ਇਹ ਵੀ ਹੈ ਸਰਕਾਰ ਦੀ ਕਿ ਜੇ ਬਾਦਲਾਂ ਦੇ ਖਿਲਾਫ਼ ਕਾਰਵਾਈ ਕਰਨੀ ਹੈ ਤਾਂ ਕਾਰਵਾਈ ਬਿਲਕੁਲ ਉਵੇਂ ਹੋਵੇ ਜਿਵੇਂ ਚੁਟਾਲਿਆਂ ਦੇ ਖਿਲਾਫ਼ ਹੁੱਡਾ ਨੇ ਕੀਤੀ ਸੀ ਪੂਰੇ ਸਬੂਤ ਲੈ ਕੇ ਜੀ। ਹੁਣ ਇਹ ਸਬੂਤ ਜਿਹੜੇ ਹੈਗੇ ਈਡੀ ਵਾਲੇ ਸਬੂਤ ਐਸਟੀਐਫ ਕੋਲ ਆ ਗਏ, ਐਸਟੀਐਫ ਨੇ ਆਪਦੀ ਓਪੀਨੀਅਨ ਦਿੱਤੀ। ਅਗਲਾ ਸਵਾਲ ਫਿਰ ਇਹ ਹੁੰਦਾ ਕਿ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਹੈ ਜੀ, ਉਹ ਪਟੀਸ਼ਨ ਕਿਵੇਂ ਪਈ? ਲੇਅਰਸ ਨੇ ਠੀਕ ਆ, ਵਕੀਲਾਂ ਨੇ ਆਪਣੇ ਲੈਵਲ 'ਤੇ ਪਾਤੀ, ਪਰ ਜਦੋਂ ਦਾਨੇ ਵਾਲੀਆ ਸਭ ਇਹੋ ਜਿਹੀਆਂ ਪਟੀਸ਼ਨਾਂ ਪੈਂਦੀਆਂ ਨੇ ਅਤੇ ਪਾਉਂਦੀਆਂ ਸਰਕਾਰਾਂ ਜੀ, ਉਦੋਂ ਬੜਾ ਕੁਛ ਹੁੰਦਾ। ਸੋ ਮੈਨੂੰ ਇਹ ਲੱਗਦੀ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਵਾਲੀ ਦੀ ਕਹਾਣੀ ਹੈ ਨਾ ਐਸਟੀਐਫ ਵਾਲੀ, ਇਹ ਕਾਫੀ ਦਮਦਾਰ ਹੈ। ਅਗਲੀ ਗੱਲ ਤੁਸੀਂ ਕੀਤੀ ਹੈ ਕਿ ਸਿੱਧੂ ਜੋੜੀ ਨੇ, ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੇ ਇੱਕ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹੈ। ਇਹਦਾ ਮਤਲਬ ਸਬੂਤ ਜਿਹੜੇ ਹੈਗੇ ਉਹੀ ਸਬੂਤ ਹੈ ਜੀ। ਅੱਜ ਮੇਰਾ ਖਿਆਲ ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਲਿਆ ਹੋਣਾ, ਜਿਹੜੀ ਰਿਪੋਰਟ ਦਿੱਤੀ ਹੈ ਐਸਟੀਐਫ ਨੇ ਜੀ, ਉਸ ਰਿਪੋਰਟ ਨੂੰ ਹਾਈਲਾਈਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੋਇਆ। ਔਰ ਅਗਲਾ ਤੁਸੀਂ ਇੱਕ ਹੋਰ ਦੇਖੋ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਜੀ, ਜਿਹੜੇ ਵਿਰੋਧੀ ਧਿਰ ਦੇ ਆਗੂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਵਿਧਾਨ ਸਭਾ 'ਚ, ਉਹਨਾਂ ਨੇ ਕੇਜਰੀਵਾਲ ਸਾਹਿਬ ਵੱਲੋਂ ਜਿਹੜੀ ਮੰਗੀ ਗਈ ਮਾਫ਼ੀ ਹੈ ਜੀ, ਉਸ ਮਾਫ਼ੀ 'ਤੇ ਜਿਹੜਾ ਪ੍ਰਤੀਕਰਮ ਪ੍ਰਗਟ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਸਾਫ਼ ਅਤੇ ਸਪੱਸ਼ਟ ਕਿਹਾ ਕਿ ਜਦੋਂ ਐਸਟੀਐਫ ਨੇ ਹਾਈ ਕੋਰਟ ਦੇ ਵਿੱਚ ਇਹ ਗੱਲ ਕਹਿਤੀ ਕਿ ਇਹਨਾਂ ਦੇ ਖਿਲਾਫ਼ ਸਬੂਤ ਬਣਦੇ ਹੈ, ਉਦੋਂ ਕੇਜਰੀਵਾਲ ਨੂੰ ਮਾਫ਼ੀ ਮੰਗਣ ਦੀ ਕੀ ਲੋੜ ਸੀ? ਔਰ ਮਾਫ਼ੀ ਮੰਗੀ ਵੀ ਉਸੇ ਦਿਨ ਜੀ, ਜਦੋਂ ਪੇਸ਼ ਹੋਈ ਸੀ। ਕਿਹੜੀਆਂ ਤਾਕਤਾਂ ਨੇ ਕੀ ਕੁਛ ਕੀਤਾ ਹੋਇਆ, ਇਹ ਦੇਖਣ ਵਾਲੀ ਗੱਲ ਹੈ। ਮੇਰੇ ਤੁਹਾਡੇ ਯਾਦ ਹੋਣਾ, ਇੱਕ ਵਾਰੀ ਇੱਕ ਪਟੀਸ਼ਨ ਪਾਈ ਸੀ ਅਕਾਲੀ ਸਰਕਾਰ ਦੇ ਹੁੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਜੀ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ ਆਪਣੇ ਜਗਮੀਤ ਸਿੰਘ ਬਰਾੜ ਨੇ, ਉਹਨੇ ਵੀ ਆਪ ਜਾ ਕੇ ਆਰਗੂ ਕੀਤਾ ਸੀ। ਜਦੋਂ ਉਹ ਪਟੀਸ਼ਨ ਪਾਈ ਸੀ ਉਹਦੇ ਵਿੱਚ ਇਹ ਮੰਗ ਕੀਤੀ ਗਈ ਸੀ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਮਜੀਠੀਏ ਦੇ ਖਿਲਾਫ਼ ਜੀ ਪੜਤਾਲ ਸੀਬੀਆਈ ਤੋਂ ਕਰਵਾਈ ਜਾਵੇ। ਉਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਦਾ ਇੱਕ ਬਿਆਨ ਆ ਗਿਆ ਸੀ ਕਿ ਕੋਈ ਲੋੜ ਨਹੀਂ ਸੀਬੀਆਈ ਤੋਂ ਕਰਵਾਉਣ ਦੀ, ਪੰਜਾਬ ਪੁਲਿਸ ਦੇ ਵਿੱਚ ਸਮਰੱਥ ਅਤੇ ਕਾਬਲ ਅਫਸਰ ਹੈਗੇ ਹੈ, ਪੜਤਾਲ ਉਹ ਕਰ ਸਕਦੇ ਹੈ। ਅਤੇ ਉਹਨੂੰ ਕਿਹਾ ਸੀ ਕਿ ਇਹ ਗੱਲ ਨਹੀਂ, ਪਰ ਆਹ ਹੁਣ ਜਿਹੜੀ ਈਡੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਸਟੇਟਸ ਰਿਪੋਰਟ ਪੇਸ਼ ਕੀਤੀ ਹੈ ਐਸਟੀਐਫ ਨੇ, ਉਹ ਤੋਂ ਪਤਾ ਲੱਗਦਾ ਵੀ ਹੈ ਗੱਲ ਹੈਗੀ ਜੀ। ਜੀ ਪ੍ਰੋਗਰਾਮ ਨੂੰ ਅੱਗੇ ਵਧਾਉਣੇ, ਇੱਕ ਵਾਰ ਅੰਮ੍ਰਿਤਸਰ ਚੱਲਦੇ ਹਾਂ। ਜਸਵੀਰ ਸਿੰਘ ਭੱਟੀ ਹੋਰੀ ਸਾਡੇ ਨਾਲ ਜੁੜ ਗਏ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ, ਕੱਲ੍ਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਮਾਫ਼ੀ ਮੰਗੀ ਹੈ ਮਜੀਠੀਆ ਤੋਂ, ਉਹਦਾ ਅਦਾਲਤ ਦੇ ਵਿੱਚ ਕੀ ਪੇਸ਼ ਹੋ ਗਿਆ, ਕੀ ਅਪਡੇਟਸ ਨੇ ਜੀ ਤਮਾਮ? ਜੀ ਦੇਖੋ ਜੀ, ਉਹ ਇੱਕ ਨਹੀਂ ਦੋ ਬੰਦੇ ਨੇ ਮਾਫ਼ੀ ਮੰਗੀ ਹੈ ਜੀ। ਜੀ ਅਸ਼ੀਸ਼ ਕਿਸਾਨ ਦੀ ਮਾਫ਼ੀ ਰਹੀ ਆ ਔਰ ਇਹਦੀ ਮਾਫ਼ੀ ਰਹੀ ਹੈ ਜੀ। ਉਹਦੀ ਜਿਹੜੀ ਹੈ ਡੀਓ ਲਿਖਿਆ ਗਿਆ ਵਾ ਸਿਰਫ ਓਨਲੀ ਤੇ ਓਨਲੀ ਦੇਖੋ ਮਜੀਠੀਆ ਦੀ ਜੀ, ਅਦਾਲਤ ਨੂੰ ਸੀਸੀ ਕੀਤੀ ਗਈ ਹੈ। ਅੱਛਾ ਜੀ, ਹੁਣ ਇਹ ਕਦੋਂ ਪੇਸ਼ ਕਰਦੇ, ਅੱਜ ਕਰਦੇ, ਕੱਲ੍ਹ ਕਰਦੇ, ਪੇਸ਼ ਕਰਤਾ ਕਿ ਨਹੀਂ ਕਰਤਾ, ਇਹਨਾਂ ਦੀ ਹੱਦਕ ਵਾ ਜੀ। ਇਹ ਮਾਫ਼ੀ ਮੰਗਣ ਦੀ ਨਹੀਂ, ਮਾਫ਼ੀ ਤੇ ਦੇਖੋ ਜੀ ਉਹ ਏਦਾਂ ਕੇਸ ਚੱਲਦੇ ਰਹਿੰਦੇ ਆ ਔਰ ਕੈਪਟਨ ਅਮਰਿੰਦਰ ਸਿੰਘ ਨਸ਼ਾ ਸਮਗਰ ਕਹਿੰਦਾ ਰਿਹਾ, ਮਾਫ਼ੀ ਮਜੀਠੀਆ ਕਹਿੰਦਾ ਰਿਹਾ, ਸੁਖਬੀਰ ਸਿੰਘ ਆਪਣਾ ਉਹ ਮੈਨੂੰ ਸਿੱਧੂ ਕਹਿੰਦਾ ਰਿਹਾ, ਆਪਣੇ ਜਗਤੇ ਜਾਖੜ ਕਹਿੰਦਾ ਰਿਹਾ, ਫਿਰ ਆਪਣੇ ਜਿਹੜੇ ਮਨਪ੍ਰੀਤ ਬਾਦਲ ਕਹਿੰਦਾ ਰਿਹਾ, ਕਿਹਨੇ ਨੀ ਕਿਹਾ, ਕਾਮਰਸ ਸਾਰੇ ਕਹਿੰਦੇ ਸੀ ਜਦ ਨਸ਼ਾ ਦਾ ਸਮਗਰ ਜੀ। ਲੇਕਿਨ ਉਹਦੇ ਖਿਲਾਫ਼ ਜਿਹੜਾ ਕੇਸ ਕੀਤਾ ਗਿਆ, ਕੇਸ ਉਹਦੇ ਖਿਲਾਫ਼ ਕੀਤਾ ਗਿਆ, ਲੇਕਿਨ ਜਿਹਦੇ ਉਹਦੇ ਕੋਲ ਪ੍ਰੂਫ ਲਿਖੀ, ਪ੍ਰੂਫ ਕਿੱਥੇ ਨੀ ਮਿਲਦੇ, ਹਰ ਜਗ੍ਹਾ ਤੇ ਮਿਲਦੇ। ਵਕੀਲ ਨੇ ਇੰਨੀ ਗੱਲ ਕਹੀ ਵੀ ਤਿੰਨ ਬੰਦਿਆਂ ਨੇ ਪੁੱਛੋ ਵੀ ਤੇਰੇ ਨਾਲ ਲਿੰਕ ਕੀ ਸੀਗਾ, ਆਹ ਤਸਵੀਰਾਂ ਨਾ ਤੇਰੀਆਂ ਹੈਗੀਆਂ, ਕਿੱਥੋਂ ਆ ਗਏ ਨੇ ਸੰਗਰਾਂ ਨਾਲ ਜੀ। ਕਿਉਂਕਿ ਇਹ ਮਾਫ਼ੀ ਮਾਮਲੇ ਨੂੰ ਜਿਹੜਾ ਸੀ ਜਿਹੜੇ ਸਾਡੇ ਸਿਆਸੀ ਪੰਡਤ ਤੇ ਡਰਾਮੇਬਾਜ਼ੀ ਦਾ ਨਾਂ ਦੇ ਰਹੇ ਜੀ, ਡਰਾਮੇਬਾਜ਼ੀ ਦੇ ਕੇ, ਕਿਉਂਕਿ ਐਸੇ
ਤੁਸੀਂ ਵੇਖ ਲਓ ਕਿ ਇਹਨਾਂ ਦੀ ਜਿਹੜੀ ਅਕਾਲੀਆਂ ਦੀ ਤੇ ਭਾਜਪਾ ਦੀ ਪੂਰੀ ਖੜਕੀ ਪਈ ਅੰਦਰ ਸਾਹਿਬ ਤੇ ਇਹਨਾਂ ਨੂੰ ਵੀ ਪਤਾ ਅਕਾਲੀਆਂ ਨੂੰ ਕਿ ਅੱਜ ਭਾਜਪਾ ਦਾ ਫਿਰ ਕੁਛ ਪੰਜਾਬ ਚ ਹੈ ਨੀ ਜੀ ਜੇ ਨੌਜਵਾਨ ਥੋੜੇ ਥੋੜੇ ਗੁੱਟ ਜੁੜੇ ਆ ਤੇ ਉਹ ਆਮ ਆਦਮੀ ਪਾਰਟੀ ਨੇ ਹੈਗੇ ਜੀ ਤੇ ਸਿਆਸੀ ਪੰਡਿਤ ਵੇਖ ਰਹੇ ਨੇ ਕਿ ਇਹ ਸ਼ਾਇਦ ਇਹਨਾਂ ਦਾ ਜਿਹੜਾ ਭਾਜਪਾ ਨੂੰ ਛੱਡ ਕੇ ਜਾਂਦਾ ਅਲਾਇੰਸ ਹੋਵੇ ਕੇਜਰੀਵਾਲ ਸਮਝੌਤੇ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ ਜੀ ਪੱਟੀ ਸਾਹਿਬ ਨੇ ਜਿਹੜੀ ਆ ਉੱਥੋਂ ਅਪਡੇਟ ਦਿੱਤੀ ਹੈ ਅਤੇ ਥੋੜ੍ਹਾ ਜਿਹਾ ਸਪੱਸ਼ਟ ਕਰਦੇ ਹਾਂ ਜਿਵੇਂ ਪੱਟੀ ਸਾਹਿਬ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਜਿਹੜੀ ਮਾਫੀ ਵਾਲੀ ਚਿੱਠੀ ਹੈ ਉਹ ਸਿੱਧੀ ਲਿਖੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਜੀ ਔਰ ਉਹਦੀ ਕਾਪੀ ਕੀਤੀ ਹੈ ਅਦਾਲਤ ਨੂੰ ਅਦਾਲਤ ਦੀ ਮੋਹਰ ਵੀ ਲੱਗੀ ਹੋਈ ਹੈ ਜਿਹੜੀ ਬਾਹਰ ਆਈ ਹੈ ਸ਼ਾਇਦ ਹਾਂ ਚਲੋ ਕੁਛ ਵੀ ਹੈ ਮੰਨ ਲਓ ਜੇ ਕੇਜਰੀਵਾਲ ਨੇ ਜਿਹੜੀ ਚਿੱਠੀ ਭੇਜੀ ਹੈ ਉਹ ਚਿੱਠੀ ਅਦਾਲਤ ਚ ਨਾ ਵੀ ਪੇਸ਼ ਕੀਤੀ ਜਾਵੇ ਜੀ ਉਹਨੇ ਮਾਫੀ ਮੰਗੀ ਹੈ ਮਜੀਠੀਆ ਸਾਹਿਬ ਤੋਂ ਤੇ ਮਜੀਠੀਆ ਸਾਹਿਬ ਅਦਾਲਤ ਜਾ ਕੇ ਬਿਆਨ ਹੀ ਦੇਣਾ ਉਹਨਾਂ ਦਾ ਕਾਫੀ ਹੈ ਕਿ ਮੈਂ ਜਾਂ ਉਹਨਾਂ ਦੇ ਵਕੀਲ ਨੇ ਜੀ ਜੀ ਕਿ ਅਸੀਂ ਇਹ ਕੇਸ ਨਹੀਂ ਚਲਾਉਣਾ ਚਾਹੁੰਦੇ ਵਾਪਸ ਕਰ ਲੈ ਹਾਂ ਬਸ ਉਹ ਲੋੜ ਹੀ ਨਹੀਂ ਉੱਥੇ ਜਾਣ ਦੀ ਖਤਮ ਹੋ ਜਾਣਾ ਖਤਮ ਹੋ ਜਾਣਾ ਇਸ ਕਰਕੇ ਚਿੱਠੀ ਦਾ ਉੱਥੇ ਕੋਈ ਭੇਜਣਾ ਜ਼ਰੂਰੀ ਨਹੀਂ ਜੀ ਜੀ ਜੀ